ਵਾਂਸ ਅਗੇਨ ਵੈਲਕਮ ਬੈਕ ਆਫਟਰ ਦ ਬ੍ਰੇਕ ਹਾਲੀ ਵਿੱਚ ਅਸੀਂ ਇੱਕ ਰੋਡ ਟ੍ਰਿਪ ਲਈ ਸੀ ਜਿਸ ਵਿੱਚ ਕੇ ਅਸੀਂ ਵੈਸਟਰਨ ਕੈਨੇਡਾ ਦੇ ਟੂਰ ਤੇ ਗਏ ਅਤੇ ਉੱਥੇ ਜਾ ਕੇ ਅਸੀਂ ਅਹਿਮ ਸ਼ਖਸੀਅਤਾਂ ਜਿਹੜੀਆਂ ਸਾਡੀਆਂ ਉੱਥੇ ਭਾਰਤੀ ਪਾਈਚਾਰੇ ਤੇ ਪਾਕਿਸਤਾਨੀ ਪਾਈਚਾਰੇ ਨਾਲ ਸੰਬੰਧਤ ਨੇ ਉਹਨਾਂ ਨਾਲ ਕੀਤੀ ਗੱਲਬਾਤ ਇਹ ਚੀਜ਼ ਵੇਖਣ ਨੂੰ ਮਿਲੀ ਕਿ ਜਿੱਥੇ ਇਹ ਛੋਟੇ ਸ਼ਹਿਰਾਂ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਸਾਰਾ ਇੱਕ ਦੂਸਰੇ ਪ੍ਰਤੀ ਪਿਆਰ ਹੈ ਅਤੇ ਨਾਲ ਸਾਰੇ ਹੀ ਇਸ ਕ੍ਰੀਡੀਅਨ ਕਲਚਰ ਦੇ ਉੱਤੇ ਮਾਣ ਮਹਿਸੂਸ ਕਰਦੇ ਨੇ ਨਾਲ ਹੀ ਉਹਨਾਂ ਸਾਰਿਆਂ ਦੀ ਬਹੁਤ ਸਾਰੀਆਂ ਉਪਲਬਧੀਆਂ ਵੀ ਨੇ ਆਓ ਪੇਸ਼ ਕਰਦੇ ਹਾਂ ਕੀਤੀ ਕੀ ਗੱਲਬਾਤ ਦੀ ਮੇਰੇ ਜੀ ਸਮਾਂ ਕੱਢ ਕੇ ਸਾਨੂੰ ਗੱਲਬਾਤ ਕਰਨ ਲਈ ਧੰਨਵਾਦ। ਹਾਂਜੀ ਹਾਂਜੀ ਤੁਹਾਡੀ ਬਹੁਤ ਧੰਨਵਾਦ ਹੈ। ਇੱਥੇ ਪਹੁੰਚਣ ਦਾ। ਸੋ ਸਭ ਤੋਂ ਪਹਿਲਾਂ ਤਾਂ ਥੋੜਾ ਜਿਹਾ ਪ੍ਰਸ਼ੋਕਟ ਤੁਹਾਡਾ ਕਦੋਂ ਤੋਂ ਤੁਸੀਂ ਐਮਐਲਏ ਹੈਗੇ ਹੋ ਤੇ ਕਿਹੜੀ ਕੰਸਟੀਟਿਊਐਂਸੀ ਤੁਹਾਡੀ ਜਿਹੜੀ ਹੈਗੀ ਇਹਦੀ ਕੀ ਕੰਪੋਜੀਸ਼ਨ ਕੀ ਹੈਗੀ? ਹਾਂਜੀ ਮੈਂ ਐਮਐਲਏ ਆਪਣੀ ਮਿਰਪਲਜ਼ ਕੰਸਟੀਟਿਊਐਂਸੀ ਦੇ ਵਿੱਚ ਬਣਿਆ ਹੈਗਾ 2007 ਦੇ ਵਿੱਚ। ਜੀ। ਤੇ ਇਹਦੀ ਕੰਪੋਜੀਸ਼ਨ ਇਹ ਹੋਏ ਕਿ ਇਹਦੇ ਵਿੱਚ ਬਹੁਤੀ ਇਮੀਗਰੈਂਟ ਕਮਿਊਨਿਟੀ ਹੈਗੀ ਆ। ਮੇਨਲੀ ਫਲਪੀਨੋ ਕਮਿਊਨਿਟੀ ਸਭ ਤੋਂ ਜ਼ਿਆਦਾ ਹੈ ਫਿਰ ਈਸਟ ਇੰਡੀਅਨ ਕਮਿਊਨਿਟੀ ਆਪਣੀ ਹੈਗੀ ਆ ਇਥੇ ਤੋਂ ਲਾ ਪੁਰਤਗੀਜ ਯੂਨੇਮਟ ਮਤਲਬ ਸਾਰੇ ਤਰ੍ਹਾਂ ਦੇ ਸਾਰੇ ਦੇਸ਼ਾਂ ਤੋਂ ਜਾਨੀ ਇੱਥੇ ਲੋਕ ਆਦੇ ਇੱਕ ਕਿਸਮ ਦੀ ਯੂਐਨ ਹੈ ਓਕੇ ਹਾਂਜੀ ਰਾਈਟ ਸੋ ਕਿੰਨੇ ਕੁ ਲੋਕ ਹੈਗੇ ਨੇ ਜਿਹੜੇ ਰਹਿੰਦੇ ਨੇ ਇੱਥੇ ਇੱਥੇ ਮੇਰੇ ਖਿਆਲ ਇਹਦੇ ਚ ਤਕਰੀਬਨ ਜਿਹੜੇ 20k ਹਜ਼ਾਰ ਦੇ ਨੇੜੇ ਹੋਣੇ ਐ ਇਸ ਏਰੀਆ ਦੇ ਇਸ ਰਾਈਡਿੰਗ ਦੇ ਅ ਰਾਈਡਿੰਗ ਦੇ ਵਿੱਚ ਛਤਵੀ ਤੋਂ ਵੀ ਜ਼ਿਆਦਾ ਹੁਣ ਰਾਈਟ ਤੇ ਕਿਉਂਕਿ ਵੋਟਰ ਤਾਂ तकरीबन 16k ਹਜ਼ਾਰ ਹੀ ਸੀਗੇ ਸੋ ਜਦੋਂ ਵੱਖਰੇ ਵੱਖਰੇ ਦੇਸ਼ਾਂ ਤੋਂ ਲੋਕ ਇੱਥੇ ਆਂਦੇ ਹੈਗੇ ਨੇ ਹਰ ਕਿਸੇ ਦੀ ਆਪਣੀ ਸੋਚ ਆਪਣਾ ਉਸ ਦਾ ਕਲਚਰ ਤੁਸੀਂ ਐਜ਼ ਐਨ ਐਮਐਲਏ ਕਿਵੇਂ ਬ੍ਰਿਜ ਕਰਦੇ ਹੋ ਗੈਪ ਇਹ ਸਾਰਿਆਂ ਨੂੰ ਕੀ ਕੋਈ ਐਸਾ ਵੀ ਕੋਈ ਹੁੰਦਾ ਹੈ ਕੋਸ਼ਿਸ਼ ਕਿ ਸਾਰਿਆਂ ਨੂੰ ਰਲایا ਜਾ ਇੰਟੀਗ੍ਰੇਟ ਕੀਤਾ ਜਾ ਮੇਨ ਸਿਸਟਮ ਦੇ ਵਿੱਚ ਹਾਂ ਇਹਦੇ ਵਿੱਚ ਮੇਰਾ ਕਹਿਲਾ ਕਿਉਂਕਿ ਮੈਂ ਆਪ ਇਮੀਗ੍ਰੈਂਟ ਆ ਮੈਨੂੰ ਆਪਦੀਆਂ ਪ੍ਰੋਬਲਮਸ ਦਾ ਪਤਾ ਹੈ ਆਪਣੀ ਕਮਿਊਨਿਟੀ ਦੀਆਂ ਪ੍ਰੋਬਲਮਸ ਦਾ ਪਤਾ ਹੈ ਜੀ ਇਸ ਹਿਸਾਬ ਨਾਲ ਹੀ ਮੈਂ ਦੂਸਰੀਆਂ ਕਮਿਊਨਿਟੀਆਂ ਨਾਲ ਵੀ ਕੋਰਿਲੇਟ ਕਰ ਸਕਦਾ ਇਮੀਗ੍ਰੈਂਟ ਹੋਣ ਦੇ ਨਾਤੇ ਜੀ ਇਸ ਵਜ੍ਹਾ ਤੇ ਇਹਦੇ ਵਿੱਚ ਮੈਨੂੰ ਬਹੁਤੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਕਲਚਰ ਨਾਲ ਜਦ ਤੁਸੀਂ ਦੂਸਰੇ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਅੰਦਾਜ਼ਾ ਜਿਹਾ ਲੱਗ ਜਾਂਦਾ ਹੈ ਕਿ ਤੁਸੀਂ ਇਹਦੀ ਪ੍ਰੋਬਲਮ ਕੀ ਹੋ ਸਕਦੀ ਹੈ ਤੁਹਾਡੀ ਪ੍ਰੋਬਲਮ ਕੀ ਹੈ ਇਸ ਵੇਲੇ ਕੋਈ ਬਹੁਤੀ ਪ੍ਰੋਬਲਮ ਨਹੀਂ ਹੈ ਸੋ ਇਸ ਕੰਸਟੀਟਿਊਐਂਸੀ ਵਿੱਚ ਕਿਉਂਕਿ ਰੋਜ਼ ਥੋੜਾ ਆਫਿਸ ਜਿਹੜਾ ਖੁੱਲਦਾ ਹੈ ਜਿੱਥੇ ਹਰ ਇੱਕ ਕੋਈ ਆ ਕੇ ਕੋਈ ਨਾ ਕੋਈ ਜਿਹੜੇ ਆਪਣੇ ਚੈਲੰਜਸ ਇਸ਼ੂਸ ਨੇ ਉਹਦੇ ਬਾਰੇ ਡਿਸਕਸ਼ਨ ਕਰਦਾ ਹੈ ਸੋ ਇਹਦੇ ਬਾਰੇ ਦੱਸੋ ਸਾਨੂੰ ਕਿ ਮੇਜਰ ਚੈਲੰਜਸ ਲੋਕਾਂ ਦੇ ਕੀ ਹੈਗੇ ਨੇ ਜਿਹੜੇ ਕਿ ਤੁਹਾਡੇ ਇਸ ਕੰਸਟੀਟਿਊਐਂਸੀ 'ਚ ਹੈਗੇ ਹਨ ਹਾਂ ਇਸ ਕੰਸਟੀਟਿਊਐਂਸੀ ਜਦਾ ਜੇ ਮੇਜਰ ਚੈਲੰਜਸ ਤਾਂ ਵੈਸੇ ਮਤਲਬ ਬਹੁਤ ਕਈ ਤਰ੍ਹਾਂ ਦੇ ਚੈਲੰਜ ਹੈਗੇ ਆ ਪਰ ਮੇਜਰ ਆਪਣੇ ਹੈਗੇ ਆ ਇਮੀਗ੍ਰੇਸ਼ਨ ਦੇ ਓਕੇ ਨਾਰਮਲੀ ਇੱਥੇ ਪ੍ਰੋਵਿੰਸ਼ੀਅਲ ਨਾਮਣੀ ਪ੍ਰੋਗਰਾਮ ਚੱਲਦਾ ਉਹਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਪ੍ਰੋਪਰ ਹੁੰਦੀ ਜੀ ਕਈ ਵਾਰ ਪ੍ਰਾਬਲਮ ਹੋਰ ਵੀ ਇੱਥੇ ਆ ਰਹੀਆਂ ਹੈਗੀਆਂ ਕਿ ਆਦਮੀ ਐਕਸਪਲੋਇਟ ਵੀ ਹੋ ਰਹੇ ਆ ਓਕੇ ਇਸ ਵਜ੍ਹਾ ਤੇ ਉਹੋ ਜੇ ਇਸ਼ੂ ਆਮ ਤੌਰ ਤੇ ਆਦਮੀ ਆਉਂਦੇ ਰਹਿੰਦੇ ਆ ਤੇ ਡਿਸਕਸ ਕਰਦੇ ਰਹਿੰਦੇ ਆ ਆਮ ਤੌਰ ਤੇ ਅਸੀਂ ਮਤਲਬ ਉਹਨਾਂ ਨੂੰ ਇਨਫੋਰਮੇਸ਼ਨ ਵੀ ਦਿੰਦੇ ਆ ਜੇਕਰ ਉਹਨਾਂ ਦੇ ਫਾਰਮ ਵਗੈਰਾ ਹੈਗੇ ਉਹਨੇ ਫਿਲ ਕੀਤੇ ਆ ਤੇ ਉਹ ਸਾਥੋਂ ਚੈੱਕ ਵੀ ਕਰਵਾ ਲੈਂਦੇ ਕੋਈ ਡਾਕੂਮੈਂਟ ਵਗੈਰਾ ਮਿਸ ਮਿਸਿੰਗ ਤਾਂ ਨਹੀਂ ਰਾਈਟ ਤੇ ਇਹ ਵੀ ਹੈਗੇ ਇਸ ਤੋਂ ਇਲਾਵਾ ਆਪਣੇ ਹੋਰ ਬਜ਼ੁਰਗਾਂ ਦੇ ਕਈ ਵਾਰ ਸਿਚੁਏਸ਼ਨ ਹੁੰਦੀ ਹੈ ਹਾਂ ਹਾਂ ਤੇ ਉਹਨਾਂ ਨੂੰ ਹੋਰ ਕਿਤੇ ਜਾ ਕੇ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਆ ਉਹ ਆਉਂਦੇ ਆ ਲੈ ਕੇ ਜਿਉ ਨੇਮ ਇਟ ਵੀ ਅਸੀਂ ਹਰ ਇੱਕ ਤਰ੍ਹਾਂ ਦੇ ਫਾਰਮ ਚੈੱਕ ਵੀ ਕਰਦੇ ਆ ਤੇ ਕਈ ਵਾਰ ਭਰਨ ਤੇ ਵੀ ਹੈਲਪ ਕਰ ਦਿੰਦੇ ਆ ਸਿਟੀਜ਼ਨਸ਼ਿਪ ਦਾ ਪੀ ਐਨ ਪੀ ਦਾ ਆਪਣਾ ਕੋਈ ਰੀਨਿਊਲ ਕਰਾਉਣੀ ਹੈਗੀ ਆ ਪੀ ਆਰ ਕਾਰਡ ਜੀ ਤੇ ਅਨਪਲੋਇਮੈਂਟ ਦਾ ਠੀਕ ਕਈ ਵਾਰ ਦੇ ਪਾਸਪੋਰਟ ਦੇ ਫਾਰਮ ਵਾਲੇ ਵੀ ਆ ਜਾਂਦੇ ਭਰਉਣ ਵਾਸਤੇ ਇਸ ਵਕਤ ਇਹ ਸਾਡਾ ਆਫਿਸ ਜਿਹੜਾ ਹੈਗਾ ਆਮ ਤੁਸੀਂ ਐਮਐਲਏ ਦੇ ਆਫਿਸ ਜਾਓ ਜੀ ਤਾਂ ਮੇਰਾ ਖਿਆਲ ਉਹ ਮਸਾਈ ਸ਼ਰਮੀ ਨੇ ਪੰਜ ਸੱਤ ਆਦਮੀ ਆਉਂਦੇ ਹੁਣ ਜੀ ਸਾਡੇ ਹਰ ਰੋਜ਼ 10-15 ਆਦਮੀ ਜਿਹੜੇ ਹੈਗੇ ਆ ਆ ਰਹੇ ਆ ਓਕੇ ਹਾਂਜੀ ਰਾਈਟ ਮਤਲਬ ਮੋਸਟ ਬਿਜੀ ਜਿਹੜਾ ਸਾਡਾ ਕਨਸਿਅਨਸੀ ਰਾਈਟਿੰਗ ਓਕੇ ਤੁਹਾਡੀ ਸਰਕਾਰ ਦੀ ਥੋੜੀ ਗੱਲ ਕਰੀ ਤੁਹਾਡੀ ਸਰਕਾਰ ਦਾ ਮੈਂਡੇਟ ਕੀ ਹੈ ਕਿਹੜੀਆਂ ਚੀਜ਼ਾਂ ਤੇ ਤੁਸੀਂ ਫੋਕਸ ਕਰਦੇ ਹੈਗੇ ਹਾਂ ਹਾਂ ਤੁਹਾਨੂੰ ਪਤਾ ਹੀ ਕਿ ਐਨਡੀਪੀ ਦਾ ਜਿਹੜਾ ਮੇਨ ਹੈ ਇਸ਼ੂ ਹੈਗਾ ਜਿਹਦੇ ਤੋਂ ਜ਼ਿਆਦਾ ਫੋਕਸ ਕਰਦੇ ਹੋ ਹੈਲਥ ਕੇਅਰ ਹੈ ਤੇ ਬਾਕੀ ਆਮ ਜਿਹੜਾ ਹੈਗਾ ਨਿਊ ਕਮਰ ਨੂੰ ਟਰੇਨ ਕਰਨਾ ਉਹਨਾਂ ਦੇ ਜਿਹੜੀਆਂ ਕ੍ਰੀਡੈਂਸ਼ੀਅਲਸ ਵਗੈਰਾ ਉਹਨਾਂ ਨੂੰ ਅਪ ਟੂ ਡੇਟ ਕਰਨਾ ਇਹ ਮਤਲਬ ਇਸ਼ੂਸ ਖਾਸ ਤੌਰ ਤੇ ਸਾਡੇ ਹੈਗੇ ਆਮ ਤੌਰ ਤੇ ਤੇ ਬੀਸੀ ਦੇ ਵਿੱਚ ਤਾਂ ਇਹ ਹੈਗੇ ਕਿ ਜੀ ਐਨਡੀਪੀ ਦੀ ਜਿਹੜੀ ਸਰਕਾਰ ਜੇ ਬਣਦੀ ਹੈ ਤਾਂ ਉਹ ਪ੍ਰੋ ਬਿਜ਼ਨਸ ਨਹੀਂ ਹੋਏਗੀ ਉਤੋਂ ਥੋੜਾ ਜਿਹਾ ਲੋਕ ਇੱਥੇ ਜਿਹੜੇ ਸਮਾਲ ਬਿਜ਼ਨਸ ਨੇ ਉਹਨਾਂ ਦੇ ਪ੍ਰਤੀ ਐਨਡੀਪੀ ਸਰਕਾਰ ਦਾ ਕੀ ਸੋਚ ਹੈਗੀ ਐਕਚੁਅਲੀ ਐਨਡੀਪੀ ਸਰਕਾਰ ਜੇ ਸਮਾਲ ਬਿਜ਼ਨਸ ਨੂੰ ਕਾਫੀ ਪ੍ਰਮੋਟ ਕਰਦੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਬਿਜ਼ਨਸ ਟੈਕਸ ਸੀਗਾ ਜੀ ਇਹ ਹੁਣ ਇਹਨਾਂ ਨੇ ਘਟਾ ਕੇ ਹੌਲੀ-ਹੌਲੀ ਜ਼ੀਰੋ ਤੇ ਕਰ ਦਿੱਤਾ ਓਕੇ ਇਹਦਾ ਮਤਲਬ ਹੈ ਸਮਾਲ ਬਿਜ਼ਨਸ ਨੂੰ ਪ੍ਰਮੋਟ ਕਰਨਾ ਕਿਉਂਕਿ ਸਮਾਲ ਬਿਜ਼ਨਸ ਨਾਰਮਲ ਇਕਨੋਮੀ ਨੂੰ ਮੂਵ ਕਰਦਾ ਹੈ ਤੇ ਇਹ ਮੇਜਰ ਕੰਪੋਨੈਂਟ ਹੈਗਾ ਐਨ ਡੀ ਪੀ ਦਾ ਇਥੋਂ ਦੀ ਗਵਰਨਮੈਂਟ ਦਾ ਕਿ ਸਮਾਲ ਬਿਜ਼ਨਸ ਨੂੰ ਪ੍ਰਮੋਟ ਕੀਤਾ ਜਾਵੇ ਤੁਸੀਂ ਪੀ ਐਨ ਪੀ ਦਾ ਜ਼ਿਕਰ ਕੀਤਾ ਜਿਹੜਾ ਕਿ ਬਾਕੀ ਪ੍ਰੋਵਿੰਸਿਸ ਸਕੈਚੁਅਨ ਵੀ ਹੈ ਉਹਨਾਂ ਨੇ ਵੀ ਵਾਪਸ ਕੀਤਾ ਥੋੜਾ ਜਿਹਾ ਇਸ ਨੂੰ ਘਟਾਇਆ ਤੁਹਾਡੀ ਸਰਕਾਰ ਪੀ ਐਨ ਪੀ ਨੂੰ ਕਿਉਂ ਇਨੀ ਵੇਟੇਜ ਦੇ ਰਹੀ ਹੈਗੀ ਅ ਕਿਉਂਕਿ ਪੀਐਨਪੀ ਨੇ ਕਾਣਮੀ ਦੇ ਵਿੱਚ ਬਹੁਤ ਫਰਕ ਪਾਇਆ ਜੇ ਤੁਸੀਂ ਦੇਖੋ ਤਾਂ ਮੇਰੇ ਖਿਆਲ 100000 ਪੀਪਲ ਹੋ ਰਹੇ ਆ ਉਹਨਾਂ ਘਰਾਂ ਦੀ ਕੀਮਤਾਂ ਵੀ ਵਧੀਆਂ ਐ ਟੈਕਸੀਆਂ ਦੇ ਕੀਮਤਾਂ ਵੀ ਵਧੀਆਂ ਐ ਕੋਈ ਵੀ ਬਿਜ਼ਨਸ ਲੈ ਲੋ ਉਹਨਾਂ ਸਾਰਿਆਂ ਤੇ ਉਹਦਾ ਅਫੈਕਟ ਹੋਇਆ ਇਸ ਵਕਤ ਤੇ ਪੀਐਨਪੀ ਜਿਹੜੀ ਹੈਗੀ ਉਹ ਕਾਫੀ ਜ਼ਰੂਰੀ ਹੈ ਮੈਂਟੋ ਬਦੀ ਕਾਣਮੀ ਨੂੰ ਮੂਵ ਕਰਨ ਵਾਸਤੇ ਓਕੇ ਹਾਂਜੀ ਜਿਸ ਤਰ੍ਹਾਂ ਤੁਸੀਂ ਟੈਕਸੀ ਬਾਰੇ ਜ਼ਿਕਰ ਕੀਤਾ ਤੇ ਤੁਸੀਂ ਵੀ ਇਸ ਪਾਈਚਰ ਨਾਲ ਸੰਬੰਧਿਤ ਸਾਡੇ ਪਾਈਚਰ ਚ ਬਹੁਤ ਸਾਰੇ ਲੋਕ ਜਿਹੜੇ ਨੇ ਜੁੜੇ ਹੋਏ ਨੇ ਟੈਕਸੀ ਇੰਡਸਟਰੀ ਦੇ ਨਾਲ ਉਹਦੇ ਵਿੱਚ ਜਿਸ ਤਰ੍ਹਾਂ ਜੋ ਮੇਰੀ ਗੱਲਬਾਤ ਹੋਈ ਕੁਝ ਲੋਕਾਂ ਦੇ ਨਾਲ ਜਿਹੜੇ ਇਹ ਇਸ ਨਾਲ ਰਿਲੇਟਡ ਨੇ ਉਹਨਾਂ ਦਾ ਇਹ ਕਹਿਣਾ ਸੀ ਕਿ ਪ੍ਰਾਈਸ ਜਿਹੜੀਆਂ ਬਹੁਤ ਵਧ ਰਹੀਆਂ ਹੈਗੀਆਂ ਜਦ ਕਿ ਇਹ ਤਾਂ ਇੱਕ ਤਰ੍ਹਾਂ ਦੀ ਫ੍ਰੀ ਤੁਹਾਨੂੰ ਪਲੇਟ ਮਿਲਦੀ ਹੈਗੀਏ ਸੋ ਇਹਦੇ ਨਾਲ ਜਿਹੜੇ ਲੋਕ ਇਸ ਵਿੱਚ ਐਡਜਸਟ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਬੜੀਆਂ ਸਮੱਸਿਆਵਾਂ ਆਉਂਦੀਆਂ ਹੈਗੀਆਂ ਨੇ ਉਹਦੇ ਪ੍ਰਤੀ ਕੀ ਤੁਸੀਂ ਸੁਝੇਤ ਹੋ ਤੇ ਇਹਦੇ ਵਾਸਤੇ ਕੁਝ ਕਰਨ ਦੀ ਸੋਚਦੇ ਹੋ ਹਾਂ ਨਹੀਂ ਉਹਦੇ ਪਰਦੇ ਅਸੀਂ ਪੂਰੇ ਸੁਚੇਤ ਐ ਜਿਸ ਤਰ੍ਹਾਂ ਪ੍ਰਾਈਸਜ਼ ਵੀ ਜਾ ਰਹੀਆਂ ਬਾਕੀ ਇਹ ਮਤਲਬ ਇਹ ਦੋਨੇ ਤਰੀਕੇ ਇੱਕ ਹਿਸਾਬ ਨਾਲ ਟੈਕਸੀ ਬਿਜ਼ਨਸ ਵੀ ਹੈ ਆਉਣ ਦੀ ਅਦਰ ਹੈਂਡ ਜਿਹੜੀ ਟੈਕਸੀ ਹੈਗੀ ਐ ਇੱਕ ਜੌਬ ਕ੍ਰੀਏਸ਼ਨ ਵੀ ਹੈਗੀ ਐ ਜੀ ਕਿ ਜੇ ਕੋਈ ਟੈਕਸੀ ਖਰੀਦ ਲਵੇ ਤਾਂ ਉਹ ਮੁੜਕੋ ਦੇ ਕੋਲ ਜਾ ਬਣ ਜਾਂਦੀ ਹੈਗੀ ਆ ਜੀ ਇਹ ਇਸ ਵਕਤ ਇਹਨੂੰ ਬੈਲੈਂਸ ਕਰਨ ਵਾਸਤੇ ਅਸੀਂ ਸੋਚ ਰਹੇ ਹਾਂ ਕਿ ਪ੍ਰਾਈਸ ਇੰਨੀਆਂ ਆਪ ਵੀ ਨਾ ਜਾਣ ਕੇ ਦੂਸਰੇ ਨੂੰ ਲੈ ਵੀ ਨਹੀਂ ਸਕਣਾ ਰਾਈਟ ਤੇ ਦੂਸਰੇ ਪਾਸੇ ਵੀ ਪ੍ਰਾਈਸ ਇੰਨੀਆਂ ਨਾ ਡਿੱਗ ਪੈਣ ਜਾਂ ਟੈਕਸੀਆਂ ਇੰਨੀਆਂ ਵੀ ਨਾ ਹੋ ਜਾਣ ਕਿ ਉਹਨਾਂ ਨੂੰ ਟ੍ਰੈਪੀ ਜਿਹੜਾ ਦਿਹਾੜੀ ਚ ਉਹਨਾਂ ਤੋਂ ਕੁਝ ਬਣੇ ਨਾ ਇਸ ਵਕਤ ਇਹਨੂੰ ਬੈਲੈਂਸ ਕਰਨ ਵਾਸਤੇ ਅਸੀਂ ਸੋਚ ਰਹੇ ਹਾਂ ਇੱਕ ਦੋ ਹੋਣੀ ਮੀਟਿੰਗਾਂ ਹੋਈਆਂ ਟੈਕਸੀ ਇੰਡਸਟਰੀ ਨਾਲ ਤੇ ਮਿਨਿਸਟਰ ਨਾਲ ਵੀ ਹੋਈ ਹੈ ਆਪਣੇ ਟੈਕਸੀ ਦੇ ਚੇਅਰਮੈਨ ਨਾਲ ਵੀ ਹੋਈ ਹੈ ਤੇ ਇਹ ਬਾਬਤ ਅਸੀਂ ਸचेत ਐ ਤੇ ਸੋਚ ਰਹੇ ਆ ਪਰ ਯੂ نو ਅੱਡੂ ਵਾਲੇ ਆਦਮੀ ਉਹ ਡੋਨਟ ਇੰਟਰਸਟਡ ਦਾ ਓਨਰ ਦਾ ਇੰਟਰਸਟਡ ਡਿਫਰੈਂਟ ਜਿਹੜੇ ਡਰਾਈਵਰ ਆ ਉਹ ਡਾਟ ਇੰਟਰਸਟਡ ਡਿਫਰੈਂਟ ਹੈਗਾ ਰਾਈਟ ਤੇ ਇਸ ਵਾਸਤੇ ਇਹਨੂੰ ਬੈਲੈਂਸ ਕਰਨ ਵਾਸਤੇ ਸਾਨੂੰ ਮਤਲਬ ਕਾਫੀ ਇੱਕ ਨੂੰ ਸਟਰਗਲ ਵੀ ਕਰਨੀ ਪੈਣੀ ਹੈ ਕਿਉਂਕਿ ਹਰ ਇੱਕ ਨੂੰ ਖੁਸ਼ ਕਰਨਾ ਵੀ ਔਖਾ ਹੈ ਠੀਕ ਹਾਂਜੀ ਸੋ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਜਿਸ ਤਰ੍ਹਾਂ ਕਿਉਂਕਿ ਤੁਹਾਡਾ ਪ੍ਰੋਵਿੰਸ ਜਿਹੜਾ ਹੈਗਾ ਇੱਥੇ ਕਾਫੀ ਸਾਰੇ ਰਿਸੋਰਸਸ ਹੈਗੇ ਨੇ ਕਾਫੀ ਐਗਰੀਕਲਚਰ ਬੇਸਡ ਹੈਗੇ ਹੁੰਦੇ ਇਸ ਨੂੰ ਹੋਰ ਬਿਹਤਰ ਪ੍ਰਮੋਟ ਕਰਨ ਵਾਸਤੇ ਜਾਂ ਕੋਈ ਹੋਰ ਤੁਹਾਡੀ ਸਰਕਾਰ ਦਾ ਜਿਹੜਾ ਵਿਜ਼ਨ ਹੈਗਾ ਆਉਣ ਵਾਲੇ ਸਮੇਂ ਕੀ ਹੋਏਗਾ ਆਉਣ ਵਾਲੇ ਸਮੇਂ ਚ ਮੇਨ ਚੀਜ਼ ਤਾਂ ਹੈਗੀ ਹੈ ਕਿ ਮੈਨੀਟੋਬਾ ਹਾਈਡਰੋ ਜਿਹੜੀ ਹੈਗੀ ਆ ਇਹ ਨਾਰਮਲੀ ਆਪਣੇ ਤੁਸੀਂ ਕਹੋ ਆਲਬਰਟਾ ਦੇ ਉਹ ਐਲਵੰਗ ਹੋਇਆ ਜੀ ਹੈਨਾ ਤੇ ਇਹਦੇ ਤੇ ਮੇਨ ਐਮਫਸਿਸ ਹੈਗਾ ਕਿ ਜਿਹੜੀ ਸਾਡਾ ਆਪਣਾ ਮੇਨ ਥਿੰਕ ਕਿ ਜੇ ਸਾਡੇ ਆਪਣੇ ਰੇਟ ਆ ਦੇ ਥਰੂਆਊਟ ਨਾਰਥ ਅਮਰੀਕਾ ਲੋਅਸਟ ਰਹੇ ਨਾ ਤੇ ਇਹ ਸਾਡੀ ਟੈਂਡੈਂਸੀ ਹੈਗੀ ਆ ਠੀਕ ਤੇ ਐਗਰੀਕਲਚਰ ਦੇ ਵਿੱਚ ਜਿਹੜਾ ਹੈਗਾ ਉਹ ਕੋਸ਼ਿਸ਼ ਮੈਂ ਤਾਂ ਇਥੇ ਬਿਜ਼ਨਸ ਪ੍ਰੋਗਰਾਮ ਵੀ ਹੈਗਾ ਐਗਰੀਕਲਚਰ ਦਾ ਜੀ ਤੇ ਉਹਦੇ ਵਿੱਚ ਵੀ ਮੇਰੇ ਵੱਲੋਂ ਕੋਸ਼ਿਸ਼ ਹੈ ਕਿ ਕਿਉਂਕਿ ਆਪਣਾ ਐਗਰੀਕਲਚਰ ਪੰਜਾਬ ਦਾ ਡਿਫਰੈਂਟ ਹੈ ਇੰਡੀਆ ਦਾ ਇਹ ਤੁਹਾਡੇ ਡਿਫਰੈਂਟ ਹੈ ਉਹਨੂੰ ਮੈਚ ਕਰਨਾ ਥੋੜਾ ਜਿਆ ਔਖਾ ਹੈ ਪਰ ਮੇਰੀ ਕੋਸ਼ਿਸ਼ ਹੈ ਉਹਨਾਂ ਨੂੰ ਸਾਡੀ ਗਵਰਨਮੈਂਟ ਨੂੰ ਸਮਝਾਉਣ ਦੀ ਕਿ ਜਿਵੇਂ ਸਾਡੇ ਲੋਕਾਂ ਨੇ ਕੈਲੀਫੋਰਨੀਆ ਉਹਨਾਂ ਦੇਸ਼ਾਂ ਦੇ ਵਿੱਚ ਵੀ ਉਹਨੂੰ ਉਸੇ ਤਰ੍ਹਾਂ ਮੋਡੀਫਾਈ ਕਰਦੇ ਆਪਦੀ ਜਿਹੜੀ ਹੈਗੀ ਹੈ ਵੇਵ ਆਫ ਥਿੰਕਿੰਗ ਉਹ ਇੱਥੇ ਵੀ ਕਰ ਦੇਣਗੇ ਤੇ ਜੇ ਸਾਡੇ ਆਦਮੀ ਇੱਥੇ ਜਦਾ ਐਗਰੀਕਲਚਰ ਚਾਹਣ ਤਾਂ ਮੇਰੇ ਖਿਆਲ ਅਕਾਣਮੀ ਵਖਤੇ ਵਧੀਆ ਬੂਸਟ ਹੋਗੀ ਬਾਤ ਖੂਬ ਜੀ ਧੰਨਵਾਦ ਤੁਹਾਡਾ ਸਮਾਂ ਕੱਢ ਕੇ ਥੈਂਕ ਯੂ ਵੈਰੀ ਮਚ